सिर दी दस्तार पंजाब दी पहचान है अते इस रवायती खूबसूरती नूं होर वधा रहे ने पंजाब दे कुछ शौकी नौजवान। जी हाँ, गल कर रहे हैं उन्हां नौजवानां दी जिन्हां नूं ना सिर्फ सोहणी पग बनन विच मुहारत हासिल है सगों पंजाब दे वडमुल्ले विरसे नूं संभालण दे नाल नाल इस तों अपना रोजगार भी चला रहे ने। कहिंदे ने जेकर दिल विच होवे कुछ कर गुजरन दा जनून तां इंसान ओह सब कुछ कर सकदा है जिस दा कदे उसने सुपना देखा होवे। पंजाब दे ए नौजवान भी ना सिर्फ अपने शौक नूं पूरा करदे ने सगो सोहणी पग बननी हुण इन्हां दा जनून बन गया है। पंजाबी तां उंज ही पूरी दुनिया ते अपनी टौरे वाली पग नाल जाने जांदे ने अते इन्हां नौजवानां दी टोली नूं खूबसूरत पग बनन विच तां मुहारत हासिल है। ਇਹ ਨੌਜਵਾਨ ਵਨ ਸਵੰਨੀਆਂ ਪੱਗਾਂ ਬੰਨ ਕੇ ਕਈ ਵਾਰ ਸਨਮਾਨਿਤ ਹੋ ਚੁੱਕੇ ਨੇ ਅਤੇ ਹੁਣ ਇਹਨਾਂ ਨੇ ਇਸ ਸ਼ੌਕ ਨੂੰ ਹੀ ਆਪਣਾ ਧੰਦਾ ਬਣਾ ਲਿਆ ਏ ਤੇ ਆਓ ਫਿਰ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਨੌਜਵਾਨਾਂ ਦੇ ਹੱਥ ਦੇ ਹੁਨਰ ਦੀ ਇਹ ਖੂਬਸੂਰਤੀ। इस नौजवान का नाम है मनजीत सिंह अते इस वालों की जान वाली कलाकृति वाकई ही तुहाडा मन जित लेगी। पग दा स्टाइल चाहे कोई भी होवे मनजीत दे खब्बे हाथ दी खेड़े जे नहीं यकीन तां तुसी खुद ही देख लो। अपने ही हाथ नाल पूनी करनी अते फिर अपने ही सिर ते पग सजाउंदे होए तां तुसी कई लोकां नूं देखिया होएगा पर इस नौजवान दा हुनर देखो। पग बनन लई ना इस नूं किसे शीशे दी लोड़ है अते ना ही किसे खास थां दी। बिना शीशे तों अते तुरदे फिरदे ते जां फिर किसे भी वाहन ते बैठ के पग बन रिहा इह नौजवान सब नूं हैरान कर दिंदा है। ਮਲਕੀ ਜਦੋਂ ਕਾਲਜ ਜਾਂਦੇ ਹੁੰਦੇ ਸਨ ਮਲਕੀ ਸੋਹਣੀ ਪੱਗ ਬੰਨ ਕੇ ਜਾਂਦੇ ਸੀ ਇਹਨਾਂ ਵੱਲ ਵੇਖ ਕੇ ਮੇਰਾ ਵੀ ਸ਼ੌਂਕ ਜਾ ਕੇ ਕਿ ਮੈਂ ਸੋਹਣੀ ਪੱਗ ਬੰਨਾਂ ਫਿਰ ਉਸ ਤੋਂ ਕਲਗੀਆਂ ਵਾਲੇ ਦੇ ਮੇਰਾ ਸਦਕਾ ਵੀ ਮੈਂ ਮਲਕੀ ਗਾਂ ਵੱਧਦਾ 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 ਇਸ ਤਰ੍ਹਾਂ ਮਲਕੀ ਆਪਣੇ ਗਾਂ ਟੈਲੈਂਟ ਨੂੰ ਲੈ ਕੇ। ਚਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਇਸ ਨੌਜਵਾਨ ਦੇ ਪੱਗ ਬੰਨਣ ਦਾ ਇੱਕ ਹੋਰ ਅਨੋਖਾ ਤਰੀਕਾ ਜਿਸ ਨੂੰ ਦੇਖ ਕੇ ਤੁਸੀਂ ਆਪਣੇ ਦੰਦਾਂ ਹੇਠਾਂ ਉਂਗਲੀ ਚਬਾਉਣ ਲਈ ਮਜਬੂਰ ਹੋ ਜਾਓਗੇ। ਦਰਅਸਲ ਮਨਜੀਤ ਸਿੰਘ ਪਹਿਲਾਂ ਆਪਣੀਆਂ ਅੱਖਾਂ ਤੇ ਕਾਲੇ ਰੰਗ ਦੀ ਪੱਟੀ ਬੰਨ ਲੈਂਦਾ ਹੈ ਅਤੇ ਜਦੋਂ ਫਿਰ ਕੁਝ ਵੀ ਨਜ਼ਰ ਨਹੀਂ ਆਉਂਦਾ ਤਾਂ ਫਿਰ ਪੈਦਾ ਕਰਦਾ ਹੈ ਆਪਣੀ ਅਨੋਖੀ ਮਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਇਸ ਦੀ ਸਿੱਖੀ ਦਾ ਦਾਣ ਬਖਸ਼ਿਆ, ਸਾਡੇ ਬਜ਼ੁਰਗਾਂ ਨੇ ਇਸ ਵਿਰਾਸਤ ਨੂੰ ਸੰਭਾਲਿਆ। ਮੇਰਾ ਵੀ ਸ਼ੁਰੂ ਤੋਂ ਸ਼ੌਂਕ ਸੀ ਮੈਂ ਆਪਣੇ ਸੋਹਣੇ ਸਿਰ ਤੇ ਦਸਤਾਰ ਸਜਾਵਾਂ, ਸਾਬਤ ਸੁਰਤ ਸਿੱਖ ਬਣਾ, ਤੇ ਹੁਣ ਮੈਂ ਆਪਣੇ ਇਸ ਵਿਰਾਸਤ ਨੂੰ ਸੰਭਾਲ ਰਿਹਾ ਹਾਂ। ਸਾਡੇ ਬਜ਼ੁਰਗਾਂ ਨੇ ਇਸ ਪਰੰਪਰਾ ਨੂੰ ਕਾਇਮ ਰੱਖਿਆ, ਹੁਣ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਇਹ ਪਰੰਪਰਾ ਨੂੰ ਕਾਇਮ ਰੱਖੀਏ। ਪੱਗ ਸਿੱਖਾਂ ਦੀ ਸ਼ਾਨ ਹੈ ਅਤੇ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਨੇ ਇਹ ਨੌਜਵਾਨ। ਇਹਨਾਂ ਨੌਜਵਾਨਾਂ ਨੇ ਸਿੱਖਾਂ ਦੇ ਸਿਰ ਦਾ ਤਾਜ ਪੱਗ ਦੀ ਆਨ ਬਾਨ ਅਤੇ ਸ਼ਾਨ ਨੂੰ ਚਾਰ ਚੰਦ ਲਾਉਣ ਦਾ ਜੋ ਬੀੜਾ ਚੁੱਕਿਆ ਹੈ ਇਸ ਨਾਲ ਨਾ ਸਿਰਫ ਅੱਜ ਦੀ ਨੌਜਵਾਨ ਪੀੜ੍ਹੀ ਦਸਤਾਰ ਵੱਲ ਖਿੱਚਦੀ ਚੱਲੀ ਆ ਰਹੀ ਹੈ ਸਗੋਂ ਦਸਤਾਰ ਦੀ ਪਹਿਚਾਣ ਨੂੰ ਹੋਰ ਉਭਾਰਨ ਲਈ ਵੀ ਇਸ ਨੂੰ ਇੱਕ ਸ਼ਲਾਘਾਯੋਗ ਕਦਮ ਮੰਨਿਆ ਜਾ ਸਕਦਾ ਹੈ। ਨਿਊਜ਼ ਡੈਸਕ ਤੋਂ ਨਿਰਮਲ ਸੰਧੂ, ਚੜ੍ਹਦੀ ਕਲਾ, ਟਾਈਮ ਟੀਵੀ।